ਕਈ ਆਪਾਂ ਕਹਿ ਦਿੰਦੇ ਹਾਂ ਵੀ ਐਕਸੀਡੈਂਟ ਆ ਜਿਹੜਾ ਇੰਨਾ ਕਿਉਂ ਹੁੰਦਾ ਪੰਜਾਬ ਦੇ ਵਿੱਚ, ਵੀ ਇੰਨਾ ਐਕਸੀਡੈਂਟ ਆ ਕਿਉਂ ਜ਼ਿਆਦਾ ਹੁੰਦਾ ਗਾ। ਮੈਂ ਵੀਡੀਓ ਆਹ ਲੈ ਕੇ ਆਇਆਂਗਾ, ਤੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਜੇ ਫੇਸਬੁੱਕ ਤੇ ਵੀ ਦੇਖਦੇ ਹੋ ਤਾਂ ਫੇਸਬੁੱਕ ਪੇਜ ਨੂੰ ਤੁਸੀਂ ਫੋਲੋ ਕਰ ਲਿਓ। ਤੇ ਬਾਈ ਜਿਹੜਾ ਹੁਣ ਐਕਸੀਡੈਂਟ ਹੁੰਦਾ ਗਾ ਉਹਦਾ ਮੈਂ ਸਾਰਾ ਕਾਰਨ ਦੱਸਣ ਲੱਗਿਆਂਗਾ। ਆਹ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਦੋ ਤਿੰਨ ਕੁ ਗੱਲਾਂ ਦੱਸੂਗਾ, ਤੇ ਬਾਈ ਕਦੇ ਵੀ ਧੋਖਾ ਨਹੀਂ ਖਾ ਸਕਦੇ। ਹੁਣ ਬਾਈ ਜਿਹੜਾ ਐਕਸੀਡੈਂਟ ਹੈਗਾ ਸਾਰਾ ਇੱਕ ਤਾਂ ਹੁੰਦਾ ਗਾ ਤੇਜ਼ੀ ਦੇ ਕਾਰਨ, ਇੱਕ ਤੇਜ਼ੀ ਵਾਲੀ ਆਪਣੀ, ਤੇ ਇੱਕ ਸ਼ਰਾਬ ਪੀ ਕੇ ਗੱਡੀ ਚਲਾਉਣੀ ਹੈ ਬਾਈ, ਉਹ ਤਾਂ ਹੁਣ ਆਪਾਂ ਨੂੰ ਚਲੋ ਪਤਾ ਹੀ ਹੁੰਦਾ ਗਾ ਵੀ ਇਹ ਬੰਦਾ ਮਾਰੂ ਕਾਸ ਦੇ ਵਿੱਚ ਗੱਡੀ ਨੂੰ। ਤੇ ਦੋ ਕੁ ਗੱਲਾਂ ਦਾ ਧਿਆਨ ਰੱਖਿਓ ਬਸ। ਹੁਣ ਮੈਂ ਆਹ ਦੋ ਕੁ ਗੱਲਾਂ ਤੁਹਾਨੂੰ ਦੱਸਣ ਲੱਗਿਆਂਗਾ, ਤੇ ਵੀਡੀਓ ਨੂੰ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ। ਅਤੇ ਬਾਈ ਜਿਹੜਾ ਐਕਸੀਡੈਂਟ ਸਭ ਤੋਂ ਵੱਧ ਹੁੰਦਾ ਗਾ ਸਿਰਫ ਪੰਜਾਬ ਦੇ ਵਿੱਚ ਹੈਗਾ, ਹੋ ਸਕਦਾ ਵੀ ਹੋਰ ਸੂਬੇ ਵਿੱਚ ਹੋਵੇ, ਆਪਾਂ ਨੂੰ ਤਾਂ ਦੇਖਣ ਨੂੰ ਸਿਰਫ ਆਹ ਇੱਥੇ ਆ ਪੰਜਾਬ ਦੇ ਵਿੱਚ ਹੀ ਮਿਲਦਾ ਗਾ ਦੇਖਣ ਨੂੰ ਵੱਧ ਐਕਸੀਡੈਂਟ। ਹੁਣ ਐਕਸੀਡੈਂਟ ਦੇਖੋ ਨੰਬਰ 1 ਤੇ, ਹੁਣ ਜਦੋਂ ਆਪਾਂ ਹਾਈਵੇ ਤੇ ਜਾਣਾ ਚਾਹੇ ਮੋਟਰਸਾਈਕਲ ਆ ਚਾਹੇ ਗੱਡੀ ਆ ਕੁਛ ਵੀ ਆਪਣੇ ਕੋਲੇ, ਤੇਜ਼ ਚਲਾਉਂਦੇ ਆਪਾਂ 90 ਤੇ 100 ਤੇ, ਉਹ ਬਾਅਦ 'ਚ ਰੁਕਦੀ ਨਹੀਂ ਤੇ ਵਿੱਚ ਵੱਜ ਜਾਂਦੀ ਆ। ਤੇ ਹੁਣ ਧਿਆਨ ਨਾਲ ਵੀਡੀਓ ਸੁਣਿਓ, ਤੇ ਜਦੋਂ ਬਾਈ ਐਕਸੀਡੈਂਟ ਦਾ ਕਾਰਨ ਬਣਦਾ ਗਾ ਨਾ, ਹੁਣ ਜਦੋਂ ਆਪਣੇ ਇੱਕ ਸਾਈਡ ਤੇ ਗੱਡੀ ਜਾਂਦੀ ਆ ਇੱਧਰ, ਤੇ ਇੱਕ ਗੱਡੀ ਬਈ ਹੁਣ ਮੂਹਰੋਂ ਆਉਂਦੀ ਆ, ਇੱਕ ਆਉਂਦੀ ਆ ਪਿੱਛਾਂ ਤੋਂ, ਜਦੋਂ ਆਪਾਂ ਇਹ ਕ੍ਰੋਸ ਕਰਨ ਲੱਗਦੇ ਹਾਂ ਕੋਲ ਦੀ ਗੱਡੀ, ਉਦੋਂ ਜਿਹੜੀ ਮੂਹਰਲੀ ਗੱਡੀ ਹੁੰਦੀ ਆ ਮੂਹਰੋਂ ਆਉਂਦੀ ਹੁੰਦੀ ਆ ਇੱਧਰ ਨੂੰ, ਉਹਦੇ ਵਿੱਚ ਗੱਡੀ ਵੱਜਦੀ ਆ, ਉਦੋਂ ਰੁਕਦੀ ਨਹੀਂ। ਆਪਾਂ ਰੋਕਦੇ ਵੀ ਹੈਗੇ ਆ, ਬ੍ਰੇਕ ਮਾਰਦੇ ਆ ਬਥੇਰੇ, ਤੇ ਪਰ ਗੱਡੀ ਉਹਦੇ ਵਿੱਚ ਜਾ ਕੇ ਵੱਜਦੀ ਆ ਫਿਰ ਵੀ। ਜਾਂ ਫਿਰ ਜੇ ਪਿੱਛੇ ਹੀ ਬ੍ਰੇਕ ਮਾਰਦੇ ਆ ਤਾਂ ਫਿਰ ਕੱਟ ਮਾਰ ਕੇ ਇਹਨੂੰ ਕਰਨ ਲੱਗਦੇ ਆ ਤਾਂ ਉਹ ਸਾਈਡ ਵਾਲੀ ਗੱਡੀ ਦੇ ਵਿੱਚ ਵੱਜਦੀ ਆ। ਪਹਿਲਾ ਕਾਰਨ ਤਾਂ ਇਹ ਆ ਬਈ ਐਕਸੀਡੈਂਟ ਹੋਣ ਦਾ। ਹੁਣ ਜਿਹੜਾ ਕਹਿ ਦਿੰਦੇ ਆ ਵੀ ਆਪਾਂ ਵੀ ਮੂਹਰੋਂ ਗੱਡੀ ਆਉਂਦੀ ਆ ਹਨਾ, ਤੇ ਬਈ ਦੂਜੀ ਸਾਈਡ ਤੇ ਲਿਆ ਕੇ ਵਿੱਚ ਮਾਰੀ, ਉਹ ਹੋ ਸਕਦਾ ਕੋਈ ਨੀਂਦ ਦਾ ਟੋਲਾ ਵੀ ਆਉਂਦਾ ਹੁੰਦਾ ਬੰਦੇ ਨੂੰ, ਜਾਂ ਕੋਈ ਮੰਨ ਲਓ ਨਸ਼ਾ ਕੀਤਾ ਹੁੰਦਾ ਗਾ। ਤੇ ਇਹ ਚੀਜ਼ ਦਾ ਜੇ ਧਿਆਨ ਰੱਖ ਕੇ ਇਹ ਦੋ ਗੱਲਾਂ ਦਾ ਧਿਆਨ ਰੱਖੋਗੇ ਹਨਾ, ਪਰ ਐਕਸੀਡੈਂਟ ਕਦੇ ਨਹੀਂ ਹੁੰਦਾ ਹੈਗਾ। ਤੇ ਫਿਰ ਇੱਕ ਗੱਲ ਹੋਰ ਆ, ਜਦੋਂ ਆਪਾਂ ਗੱਡੀ ਚਲਾਉਣੀ ਆ ਉਦੋਂ ਬਈ ਜੇ ਨੀਂਦ ਆਉਂਦੀ ਆ ਚਾਹੇ ਕੁਛ ਵੀ ਆਗਾ, ਜੇ ਕੋਈ ਪ੍ਰੋਬਲਮ ਹੈਗੀ ਆ ਸਾਈਡ ਤੇ ਲਾ ਲਓ ਗੱਡੀ ਨੂੰ। ਜੇ ਦੋ ਗੱਲਾਂ ਦਾ ਧਿਆਨ ਰੱਖੋਗੇ ਐਕਸੀਡੈਂਟ ਕਦੇ ਨਹੀਂ ਹੁੰਦਾ। ਹੁਣ ਮੂਹਰੇ ਕਹਿੰਦੇ ਵੀ ਯਾਰ ਲਿਆ ਕੇ ਪਿੱਛੋਂ ਦੀ ਇੱਕ ਮਾਰੀ, ਮੂਹਰੇ ਮਾਰੀ ਵੀ ਮੂਹਰਲੀ ਗੱਡੀ ਦੇ ਵਿੱਚ, ਹੁਣ ਮੂਹਰਲੀ ਗੱਡੀ ਦਾ ਕਸੂਰ ਨਹੀਂ ਹੁੰਦਾ ਬਾਈ, ਉਹ ਪਿੱਛੇ ਤੇਜ਼ ਆਉਂਦੀ ਹੁੰਦੀ, ਉਹ ਬ੍ਰੇਕ ਤਾਂ ਮਾਰਦਾ ਗਾ ਬਥੇਰੇ ਤੇ, ਪਰ ਉਹ ਫਿਰ ਵੀ ਵਿੱਚ ਵੱਜ ਜਾਂਦੀ ਹੈ ਗੱਡੀ। ਰੱਖਣਾ ਇੰਨਾ ਕੁ ਜੇ ਇਹ ਧਿਆਨ ਰੱਖੋਗੇ, ਜਿਹੜੀ ਪਿੱਛੋਂ ਤੋਂ ਗੱਡੀ ਵੱਜਣੀ ਹੈ ਵਿੱਚ ਉਹ ਤੇਜ਼ ਕਾਰਨ ਹੀ ਵੱਜਦੀ ਹੁੰਦੀ ਹੈ, ਫਿਰ ਹੀ ਐਕਸੀਡੈਂਟ ਹੁੰਦਾ।